ਹੈਲੋ ਐਵਰੀਵਨ, ਵੈਲਕਮ ਟੂ ਵਿਕਟਰਸ ਨੋਲੇਜ। ਦਿਸ ਇਜ਼ ਚੀਨੂ ਸ਼ਰਮਾ। ਸੋ ਅੱਜ ਜਿਹੜਾ ਲੈਕਚਰ ਹੈ, ਇਹ ਮੇਰਾ ਜਿਹੜਾ ਪੇਡ ਕੋਰਸ ਦਾ ਫਸਟ ਲੈਕਚਰ ਹੈ ਕੰਪਿਊਟਰ ਦਾ, ਉਹਦੇ ਵਿੱਚੋਂ ਹੀ ਮੈਂ ਕੁਝ ਪਾਰਟ ਤੁਹਾਡੇ ਨਾਲ ਸ਼ੇਅਰ ਕਰੂੰਗੀ ਐਸ ਡੈਮੋ ਲੈਕਚਰ। ਸੋ ਨਾਓ ਲੈਟਸ ਗੈਟ ਸਟਾਰਟਡ। ਆਪਾਂ ਦੇਖਾਂਗੇ ਕਿ ਕੰਪਿਊਟਰ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਆਪਾਂ ਕਵਰ ਕਰ ਰਹੇ ਹਾਂ। ਫਸਟਲੀ ਫੰਡਾਮੈਂਟਲ ਆਫ ਕੰਪਿਊਟਰ, ਬੇਸਿਕਸ ਆਫ ਆਪਰੇਟਿੰਗ ਸਿਸਟਮ, ਦੈਨ ਕੰਪਿਊਟਰ ਹਾਰਡਵੇਅਰ, ਡੇਟਾ ਇਨਕ੍ਰਿਪਸ਼ਨ, ਸਾਈਬਰ ਸਿਕਿਉਰਿਟੀ, ਮੋਬਾਈਲ ਫੋਨ, ਉਹਦੇ ਬੇਸਿਕ ਜਿੰਨੇ ਵੀ ਕਨਸੈਪਟ ਨੇ। ਫਿਰ VOIP ਦੀ ਗੱਲ ਕਰਾਂਗੇ, ਇੰਟਰਨੈਟ, ਵਰਲਡ ਵਾਈਡ ਵੈਬ, ਈਮੇਲ, ਦੈਨ ਵੈਬ ਸਰਚ ਇੰਜਨ ਹੋ ਗਏ, ਇੰਸਟੈਂਟ ਮੈਸੇਜਿੰਗ ਐਪ ਹੋ ਗਏ, ਸੋਸ਼ਲ ਮੀਡੀਆ ਪਲੇਟਫਾਰਮ ਹੋ ਗਏ, MS ਆਫਿਸ, ਲੇਟੈਸਟ ਅਪਡੇਟਡ ਫੀਚਰਸ ਵੀ ਇਹਦੇ ਆਪਾਂ ਦੇਖਾਂਗੇ, ਫਾਈਲ ਮੈਨੇਜਮੈਂਟ, ਇਮੇਜ ਫੋਟੋ ਸ਼ੇਅਰਿੰਗ, ਨੈਟਵਰਕ ਟੋਪੋਲੋਜੀ। ਸੋ ਜਿਹੜੇ 15 ਟੌਪਿਕ ਨੇ ਕਾਮਨ ਪੰਜਾਬ ਗਵਰਨਮੈਂਟ ਐਗਜ਼ਾਮਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਟੌਪਿਕ ਤਿਆਰ ਕੀਤੇ ਨੇ। ਸੋ ਆਪਾਂ ਨੂੰ ਪਤਾ ਹੈ, ਤੁਸੀਂ ਕਾਫੀ ਸਾਰੇ ਸਟੂਡੈਂਟਸ ਨੇ ਸਬ ਇੰਸਪੈਕਟਰ ਦਾ ਪੇਪਰ ਦਿੱਤਾ, ਕਾਂਸਟੇਬਲ ਦਾ ਪੇਪਰ ਦਿੱਤਾ, PSSSB ਦੇ ਅਲੱਗ ਅਲੱਗ ਪੇਪਰ ਦਿੰਦੇ ਹੋ। ਸੋ ਇਹਨਾਂ ਤੋਂ ਬਾਹਰ ਕੋਈ ਵੀ ਟੌਪਿਕ ਨਹੀਂ ਹੁੰਦਾ। ਸੋ ਇਹ ਸਾਰੇ ਟੌਪਿਕ ਕੰਬਾਈਨ ਕਰਕੇ ਮੈਂ ਇੱਕ ਤੁਹਾਨੂੰ ਕੋਰਸ ਦੇ ਵਿੱਚ ਪ੍ਰੋਵਾਈਡ ਕਰਵਾ ਰਹੀ ਹਾਂ। ਸੋ ਨਾਓ ਲੈਟਸ ਗੈਟ ਸਟਾਰਟਡ। Computers have become an essential part of modern life, serving a wide range of functions from basic calculations to complex data analysis. They are capable of storing vast amounts of information, processing it quickly, and presenting it in a variety of formats. The ability to communicate with others around the world, access information instantly, and streamline tasks has revolutionized the way we work and live. The foundation of computing can be traced back to Charles Babbage, a mathematician and inventor who is often referred to as the father of the computer. His work laid the groundwork for the development of modern computing machines, which have evolved significantly over the years. The acronym computer itself stands for Common Operating Machine, purposely used for technological and educational research, reflecting the original intent behind these powerful machines. From simple calculators to sophisticated supercomputers, computers have become indispensable tools in fields ranging from science and engineering to business and entertainment. ਸੋ ਹੁਣ ਆਪਾਂ ਨੇ ਪਹਿਲਾਂ ਵੀਡੀਓ ਦੇਖੀ, ਇਹ ਵੀਡੀਓ ਦੇ ਨਾਲ ਤੁਹਾਨੂੰ ਇੱਕ ਬੈਕਗ੍ਰਾਉਂਡ ਤਿਆਰ ਹੋ ਚੁੱਕਾ। ਸੋ ਜਦੋਂ ਵੀ ਆਪਾਂ ਨੇ ਕੰਪਿਊਟਰ ਸਬਜੈਕਟ ਨੂੰ ਪੜ੍ਹਨਾ, ਆਪਾਂ ਨੇ ਇਹ ਸੋਚ ਕੇ ਨਹੀਂ ਪੜ੍ਹਨਾ ਕਿ ਇੱਕ ਪ੍ਰੈਕਟੀਕਲ ਸਬਜੈਕਟ ਹੈ। ਆਪਾਂ ਨੇ, ਮੈਂ ਬਾਰ ਬਾਰ ਰਿਪੀਟ ਕਰਦੀ ਹਾਂ, ਹਰ ਸਬਜੈਕਟ ਨੂੰ ਇੱਕ ਸਟੋਰੀ ਦੀ ਤਰ੍ਹਾਂ ਸਮਝਣਾ ਹੈ। ਸੋ ਜੇ ਤੁਸੀਂ ਇੰਟਰਸਟ ਲੈ ਕੇ ਸਟੋਰੀ ਦੀ ਤਰ੍ਹਾਂ ਸਮਝੋਗੇ, ਰਾਦਰ ਦੈਨ ਜਸਟ ਕੁਝ ਚੀਜ਼ਾਂ ਆਪਾਂ ਨੇ ਰੱਟ ਲਈਆਂ ਪੇਪਰ 'ਚ ਬੈਠ ਗਏ, ਉਵੇਂ ਤੁਹਾਨੂੰ ਚੀਜ਼ਾਂ ਦਿਮਾਗ ਦੇ ਵਿੱਚ ਨਹੀਂ ਕਦੇ ਵੀ ਬੈਠਣਗੀਆਂ। ਸੋ ਕੰਪਿਊਟਰ, ਜਦੋਂ ਵੀ ਵਰਡ ਕੰਪਿਊਟਰ ਆਪਾਂ ਸੁਣਦੇ ਹਾਂ, ਆਪਣੇ ਦਿਮਾਗ ਦੇ ਵਿੱਚ ਇੱਕ ਮਸ਼ੀਨ ਆ ਜਾਂਦੀ ਹੈ, ਉਹ ਮਸ਼ੀਨ ਜਿਹਦੇ ਨਾਲ ਆਪਾਂ ਬਹੁਤ ਸਾਰੇ ਅਲੱਗ ਅਲੱਗ ਕੰਮ ਕਰ ਸਕਦੇ ਹਾਂ। ਅੱਜ ਕੱਲ੍ਹ ਤਾਂ ਇੰਨੀ ਜ਼ਿਆਦਾ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਹੈ, ਸੁਪਰ ਕੰਪਿਊਟਰ ਦਾ ਜਿਹੜਾ ਟਾਈਮ ਪੀਰੀਅਡ ਆ ਚੁੱਕਿਆ ਹੈ, ਕੋਈ ਵੀ ਕੰਮ ਜਿੰਨਾ ਮਰਜ਼ੀ ਕੰਪਲੀਕੇਟਿਡ ਆਪਾਂ ਕੰਪਿਊਟਰ ਦੇ ਜ਼ਰੀਏ ਕਰ ਸਕਦੇ ਹਾਂ। ਸੋ ਕੰਪਿਊਟਰ ਆਪਣੇ ਆਧੁਨਿਕ ਜੀਵਨ ਹੈ, ਜਿਹੜਾ ਮਾਡਰਨ ਲਾਈਫ ਹੈ, ਉਹਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਨੇ, ਅਲੱਗ ਅਲੱਗ ਫੰਕਸ਼ਨ ਕਰਦੇ ਨੇ। ਜਦੋਂ ਕੰਪਿਊਟਰ ਦੀ ਸ਼ੁਰੂਆਤ ਹੋਈ ਸੀ ਤਾਂ ਜਿਨ੍ਹਾਂ ਨੇ ਇਹਦੀ ਖੋਜ ਕੀਤੀ ਸੀ, ਕਾਢ ਕੱਢੀ ਸੀ, ਉਹਨਾਂ ਨੇ ਸਿਰਫ ਕੰਪਿਊਟਰ ਦਾ ਵਰਡ ਜਿਹੜਾ ਲਿਆ ਗਿਆ ਕੰਪਿਊਟ ਤੋਂ। ਕੰਪਿਊਟ ਦਾ ਮਤਲਬ ਹੁੰਦਾ ਕੈਲਕੂਲੇਸ਼ਨ ਕਰਨੀ। ਸੋ ਇੱਕ ਮੈਥਮੈਟਿਕ ਪਰਪਸ ਦੇ ਲਈ, ਇੱਕ ਗਣਿਤ ਦੇ ਪਰਪਸ ਦੇ ਲਈ ਇਹਦੀ ਕਾਢ ਕੱਢੀ ਗਈ ਸੀ। ਹੌਲੀ ਹੌਲੀ ਇੰਨੀ ਜ਼ਿਆਦਾ ਇਹਦੇ 'ਚ ਐਡਵਾਂਸਮੈਂਟ ਆਈ ਕਿ ਹੁਣ ਕੋਈ ਵੀ ਕੰਮ ਕੰਪਿਊਟਰ ਤੋਂ ਆਪਾਂ ਕਰਵਾ ਸਕਦੇ ਹਾਂ। ਸੋ ਮਸ਼ੀਨੀ ਜਿਹੜਾ ਯੁੱਗ ਹੈ, ਇਹਨੇ ਆਲਮੋਸਟ ਹਰ ਕੰਮ ਨੂੰ ਰਿਪਲੇਸ ਕਰਤਾ ਜੋ ਪਹਿਲਾਂ ਸਿਰਫ ਇਨਸਾਨ ਕਰਦੇ ਸੀ। ਸੋ ਕੰਪਿਊਟਰਸ ਹੈਵ ਬਿਕਮ ਐਨ ਇਸੈਂਸ਼ੀਅਲ ਪਾਰਟ ਆਫ ਮਾਡਰਨ ਲਾਈਫ, ਸਰਵਿੰਗ ਅ ਵਾਈਡ ਰੇਂਜ ਆਫ ਫੰਕਸ਼ਨ, ਕੈਲਕੂਲੇਸ਼ਨ ਤੋਂ ਲੈ ਕੇ ਬੇਸਿਕ ਸਿੰਪਲ
ਸਬਸਟ੍ਰੈਕਸ਼ਨ, ਐਡੀਸ਼ਨ ਤੋਂ ਲੈ ਕੇ ਡੇਟਾ ਅਨਾਲਿਸਿਸ, ਕੋਡਿੰਗ, ਹਰ ਚੀਜ਼ ਕੰਪਿਊਟਰ ਕਰ ਸਕਦੀ ਹੈ। ਦੇ ਆਰ ਕੇਪੇਬਲ ਆਫ ਸਟੋਰਿੰਗ ਵਾਸਟ ਅਮਾਊਂਟ ਆਫ ਇਨਫੋਰਮੇਸ਼ਨ। ਸੋ ਸਿਰਫ ਕੈਲਕੂਲੇਸ਼ਨ ਹੀ ਨਹੀਂ, ਸਿਰਫ ਕੋਡਿੰਗ, ਡੀਕੋਡਿੰਗ, ਡੇਟਾ ਅਨਾਲਿਸਿਸ ਹੀ ਨਹੀਂ, ਕੰਪਿਊਟਰ ਦੇ ਵਿੱਚ ਆਪਾਂ ਅਲੱਗ ਅਲੱਗ ਚੀਜ਼ਾਂ ਬਹੁਤ ਜ਼ਿਆਦਾ ਵੱਡੀ ਅਮਾਊਂਟ ਦੀ ਜਿਹੜੀ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਉਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ। ਅਤੇ ਜਿਹੜੀ ਉਹ ਜਾਣਕਾਰੀ ਹੈ, ਜਦੋਂ ਉਹਦਾ ਆਪਾਂ ਨੇ ਕੋਈ ਆਊਟਪੁੱਟ ਕੱਢਣਾ, ਆਪਾਂ ਨੇ ਕੰਪਿਊਟਰ ਦੇ ਵਿੱਚ ਕੋਈ ਇਨਫੋਰਮੇਸ਼ਨ ਪਾਈ, ਜਿਵੇਂ ਆਪਾਂ ਇੰਟਰਨੈਟ ਵਗੈਰਾ 'ਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ, ਆਲਮੋਸਟ ਅੱਜ ਕੱਲ੍ਹ ਹਰ ਚੀਜ਼ ਹੀ ਆਪਾਂ ਜਦੋਂ ਗੂਗਲ ਕਰਦੇ ਆਪਾਂ ਨੂੰ ਮਿਲ ਜਾਂਦੀ ਹੈ। ਸੋ ਕੁਝ ਸੈਕਿੰਡਸ ਦੇ ਵਿੱਚ ਹੀ ਕੰਪਿਊਟਰ ਪ੍ਰੋਸੈਸ ਕਰ ਦਿੰਦਾ ਉਸ ਇਨਫੋਰਮੇਸ਼ਨ ਨੂੰ, ਅਤੇ ਜਿਹੜਾ ਵੀ ਆਪਾਂ ਨੂੰ ਫੋਰਮੈਟ, ਜਿਵੇਂ ਦਾ ਆਪਾਂ ਨੂੰ ਰਿਜ਼ਲਟ ਚਾਹੀਦਾ, ਉਹ ਆਪਣੇ ਸਾਹਮਣੇ ਲਿਆ ਕੇ ਰੱਖਦਾ। ਸੋ ਦੇ ਆਰ ਕੇਪੇਬਲ ਆਫ ਸਟੋਰਿੰਗ ਵਾਸਟ ਅਮਾਊਂਟ ਆਫ ਇਨਫੋਰਮੇਸ਼ਨ, ਪ੍ਰੋਸੈਸਿੰਗ ਇਟ ਕੁਇਕਲੀ, ਪ੍ਰੈਜੈਂਟਿੰਗ ਇਟ ਇਨ ਅ ਵੈਰਾਇਟੀ ਆਫ ਫਾਰਮੈਟ, ਦ ਅਬਿਲਿਟੀ ਟੂ ਕਮਿਊਨੀਕੇਟ ਵਿਦ ਅਦਰਸ ਅਰਾਊਂਡ ਦ ਵਰਲਡ। ਹੁਣ ਸਿਰਫ ਕੰਪਿਊਟਰ ਦਾ ਕੰਮ ਇੱਥੇ ਤੱਕ ਹੀ ਸੀਮਿਤ ਨਹੀਂ, ਕੰਪਿਊਟਰ ਦੇ ਜ਼ਰੀਏ ਆਪਾਂ ਦੁਨੀਆ ਭਰ ਦੇ ਵਿੱਚ ਆਪਣੀ ਗੱਲ ਨੂੰ ਪਹੁੰਚਾ ਸਕਦੇ ਹਾਂ, ਦੂਜੇ ਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੀ ਗੱਲ ਆਪਣੇ ਤੱਕ ਆ ਸਕਦੀ ਹੈ। ਸੋ ਵਰਲਡ ਵਾਈਡ ਇੱਕ ਨੈਟਵਰਕ ਤਿਆਰ ਕਰਤਾ, ਐਕਸੈਸ ਕਰ ਸਕਦੇ ਆਪਾਂ ਇਨਫੋਰਮੇਸ਼ਨ ਕਿਤੇ ਵੀ, ਕੋਈ ਵੀ, ਯੂਟਿਊਬ ਹੋ ਗਈ, ਕਿਤੇ ਵੀ, ਤੁਹਾਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ, ਦੂਜੇ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਗੱਲ ਚੱਲ ਰਹੀ ਹੈ, ਕੋਈ ਨਿਊਜ਼ ਹੈ, ਕੁਛ ਵੀ ਹੁੰਦਾ, ਆਪਾਂ ਨੂੰ ਵਿਦ ਇਨ ਫਿਊ ਸੈਕਿੰਡ ਉਹ ਚੀਜ਼ ਪਤਾ ਲੱਗ ਜਾਂਦੀ ਹੈ। ਸੋ ਇਹ ਸਾਰਾ ਕੁਛ ਕੰਪਿਊਟਰ ਦੇ ਜ਼ਰੀਏ ਹੀ ਪੋਸੀਬਲ ਹੋ ਰਿਹਾ। ਸਟ੍ਰੀਮਲਾਈਨ ਟਾਸਕ ਹੈਸ ਰੈਵੋਲੂਸ਼ਨਾਈਜ਼ ਦ ਵੇ ਵੀ ਵਰਕ ਐਂਡ ਲਿਵ। ਸੋ ਇਹਨੇ ਹੁਣ ਆਪਾਂ ਜਿਵੇਂ ਰਹਿ ਰਹੇ ਹਾਂ, ਆਪਾਂ ਨੂੰ ਪਤਾ ਅੱਜ ਕੱਲ੍ਹ ਆਪਾਂ ਹਰ ਕੋਈ ਬਿਲਕੁਲ ਕੰਪਿਊਟਰ ਦੇ ਉੱਤੇ ਆਪਾਂ ਡਿਪੈਂਡੈਂਟ ਹੋ ਚੁੱਕੇ ਹਾਂ। ਸੋ ਜਦੋਂ ਉਰੇ ਮੈਂ ਵਰਡ ਕੰਪਿਊਟਰ ਯੂਜ਼ ਕਰ ਰਹੀ ਹਾਂ, ਤਾਂ ਉਰੇ ਮੇਰਾ ਮਤਲਬ ਸਿਰਫ ਔਰ ਸਿਰਫ ਇੱਕ ਮੋਨੀਟਰ ਵਾਲਾ ਕੰਪਿਊਟਰ ਨਹੀਂ ਹੈ, ਕੰਪਿਊਟਰ ਦਾ ਮਤਲਬ ਹੈ ਅਲੱਗ ਅਲੱਗ ਮਸ਼ੀਨ। ਆਪਾਂ ਅੱਗੇ ਜਾ ਕੇ ਪੜ੍ਹਾਂਗੇ ਇਹਦੀਆਂ ਕਿਸਮਾਂ ਪੜ੍ਹਾਂਗੇ, ਈਵਨ ਜਿਵੇਂ ਸਮਾਰਟ ਵਾਚ ਹੋ ਗਈ, ਮੋਬਾਈਲ ਫੋਨਸ ਹੋ ਗਏ, ਇਹ ਵੀ ਇੱਕ ਤਰ੍ਹਾਂ ਦੇ ਕੰਪਿਊਟਰ ਹੀ ਨੇ, ਇਹ ਅਲੱਗ ਫਾਰਮ ਦੇ ਨੇ। ਸੋ ਜਿਹੜੀ ਫਾਊਂਡੇਸ਼ਨ ਹੈ ਕੰਪਿਊਟਰ ਦੀ ਖੋਜ, ਜਿਹਨੂੰ ਆਪਾਂ ਫਾਦਰ ਕਹਿੰਦੇ ਹਾਂ ਕੰਪਿਊਟਰ ਦਾ, ਸੋ ਇਹਦੀ ਕਾਢ ਕੱਢੀ ਸੀ ਚਾਰਲਸ ਬੈਬੇਜ ਨੇ। ਇਹ ਨਾਮ ਤੁਸੀਂ ਰੱਟ ਲੈਣਾ, ਮੈਥਮੈਟੀਸ਼ੀਅਨ ਸੀ, ਇੱਕ ਇਨਵੈਂਟਰ ਸੀ, ਜਿਨ੍ਹਾਂ ਨੂੰ ਫਾਦਰ ਆਫ ਕੰਪਿਊਟਰ ਕਿਹਾ ਜਾਂਦਾ। ਹੁਣ ਕਈ ਵਾਰੀ ਪੇਪਰ 'ਚ ਕੰਪਿਊਟਰ ਵਰਡ ਦੀ ਫੁੱਲ ਫਾਰਮ ਆ ਜਾਂਦੀ ਹੈ। ਸੋ ਜਿਹੜਾ ਕੰਪਿਊਟਰ ਹੈ ਉਹਦੇ ਵਿੱਚ ਕੰਪਿਊਟਰ, ਸੀ ਦਾ ਮਤਲਬ ਹੈ ਕਾਮਨ, ਓ ਦਾ ਮਤਲਬ ਹੈ ਓਪਰੇਟਿੰਗ, ਐਮ ਮਸ਼ੀਨ, ਪਰਪਸਲੀ ਯੂਜ਼ ਟੈਕਨੋਲੋਜੀਕਲ ਐਂਡ ਐਜੂਕੇਸ਼ਨਲ ਰਿਸਰਚ। ਸੋ ਜਿਹੜਾ ਕੰਪਿਊਟਰ ਵਰਡ ਹੈ, ਇਹਦੀ ਫੁੱਲ ਫਾਰਮ ਤੁਹਾਨੂੰ ਡੈਫੀਨੇਟਲੀ ਪੇਪਰ ਲਈ ਯਾਦ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੁਣ ਜਿਹੜਾ ਕੰਪਿਊਟਰ ਹੈ, ਮੈਂ ਤੁਹਾਨੂੰ ਦੱਸਿਆ ਕਿ ਬਹੁਤ ਹੀ ਸਿੰਪਲ, ਸਿਰਫ ਕੈਲਕੂਲੇਸ਼ਨ ਦੇ ਲਈ ਇਹਦੀ ਕਾਢ ਕੱਢੀ ਸੀ। ਹੌਲੀ ਹੌਲੀ ਇਹਦੇ 'ਚ ਐਡਵਾਂਸਮੈਂਟ ਆਈ, ਇਹਨੇ ਨਵੀਂ ਤਰੀਕੇ ਦੇ ਜਿਹੜੇ ਅੱਜ ਦੀ ਜਨਰੇਸ਼ਨ ਦੇ ਕੰਪਿਊਟਰ ਨੇ, ਜਿਹਦੇ ਵਿੱਚ ਆਪਾਂ ਸਮਾਰਟ ਵਾਚ ਲੈ ਲੈਂਦੇ ਹਾਂ, ਆਈਪੈਡ ਲੈ ਲੈਂਦੇ ਹਾਂ, ਟੈਬਲੇਟ, ਕੁਛ ਵੀ, ਲੈਪਟਾਪ ਹੋ ਗਏ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਸੋ ਉੱਥੋਂ ਇੱਕ ਲੰਬਾ ਸਮੇਂ ਤੈਅ ਕੀਤਾ, ਇੱਕ ਲੰਬਾ ਸਫ਼ਰ ਤੈਅ ਕੀਤਾ ਕੰਪਿਊਟਰ ਨੇ। ਸੋ ਇਹ ਸਾਰੀ ਜਰਨੀ ਹੈ ਜਿਹੜੀ ਐਵੋਲਿਊਸ਼ਨ ਦੀ, ਕਿਵੇਂ ਕੰਪਿਊਟਰ ਅਬੈਕਸ ਤੋਂ ਮਾਕ 1 ਤੇ ਆਇਆ, ਫਿਰ ਅਲੱਗ ਅਲੱਗ ਜਨਰੇਸ਼ਨ ਦੇ ਕੰਪਿਊਟਰਸ ਆਏ, ਅਤੇ ਲੇਟੈਸਟ ਜਿਵੇਂ ਆਪਾਂ ਸੁਪਰ ਕੰਪਿਊਟਰ ਦੀ ਗੱਲ ਕਰਦੇ ਹਾਂ। ਸੋ ਉੱਥੇ ਤੱਕ ਆਪਾਂ ਨੇ ਸਾਰੀ ਜਰਨੀ ਪੜ੍ਹਨੀ ਹੈ। ਸਭ ਤੋਂ ਪਹਿਲਾਂ ਆਉਂਦਾ ਅਬੈਕਸ। ਸੋ ਜਿਹੜੇ ਨੋਟਸ ਨੇ ਉਹਦੇ ਵਿੱਚ ਤੁਹਾਨੂੰ ਪਿਕਚਰਸ ਵੀ ਦੇਖਣ ਨੂੰ ਮਿਲ ਜਾਣਗੀਆਂ, ਜਿਹਦੇ ਨਾਲ ਤੁਸੀਂ ਹੋਰ ਰਿਲੇਟ ਕਰ ਸਕਦੇ ਹੋ ਕਿ ਦੇਖਣ ਨੂੰ ਕਿਵੇਂ ਦੇ ਲੱਗਦੇ ਸੀ। ਇੱਕ ਵਾਰ ਉਰੇ ਮੈਂ ਤੁਹਾਨੂੰ ਓਵਰਵਿਊ ਦੇ ਦਿੰਦੀ ਹਾਂ, ਕਿਉਂਕਿ ਇਹ ਜਿਹੜੇ ਸਿਰਫ ਸਪੈਸੀਫਿਕੇਸ਼ਨਸ ਨੇ ਕਿ ਅਬੈਕਸ ਪਹਿਲਾ ਕੰਪਿਊਟਰ ਸੀ 4000 BC ਵਿੱਚ ਆਇਆ। ਸੋ ਇਹਦੇ ਵਿੱਚ ਕੁਛ ਵੀ ਤੁਸੀਂ ਸਮਝਣਾ ਨਹੀਂ ਹੈ, ਕੁਛ ਵੀ ਟੈਕਨੀਕਲ ਚੀਜ਼ ਨਹੀਂ, ਸਿਰਫ ਤੁਸੀਂ ਨਾਮ ਯਾਦ ਰੱਖਣੇ ਨੇ। ਸੋ ਦੂਜਾ ਸੀ ਨੇਪੀਅਰਸ ਬੋਨ 17th century ਦਾ, ਫਿਰ ਆਇਆ ਪੈਸਕੇਲਿਨ 1642 ਤੋਂ 1644 ਤੱਕ ਮੇਨਲੀ ਇਹ ਰਿਹਾ। ਦੈਨ ਸਟੈਪ ਡਰੈਕਨਰ ਆਇਆ, ਉਸ ਤੋਂ ਬਾਅਦ ਆਇਆ ਡਿਫਰੈਂਸ ਇੰਜਨ 1820 ਦੇ ਰਾਊਂਡ,
ਫਿਰ ਆਇਆ ਅਨਾਲਿਟੀਕਲ ਇੰਜਨ, ਜਿਹੜੇ ਡਿਫਰੈਂਸ ਇੰਜਨ ਤੇ ਅਨਾਲਿਟੀਕਲ ਇੰਜਨ ਸੀ ਇਹ ਦੋਨੋਂ ਚਾਰਲਸ ਬੈਬੇਜ ਦੀ ਕਾਢ ਸੀ। ਸੋ ਇਹ ਤੁਸੀਂ ਯਾਦ ਰੱਖਣਾ, ਚਾਰਲਸ ਬੈਬੇਜ ਦੇ ਦੁਆਰਾ ਪਹਿਲੇ ਇਨਵੈਂਟ ਡਿਜ਼ਾਈਨ ਕੀਤੇ ਹੋਏ ਕੰਪਿਊਟਰ ਸੀ ਡਿਫਰੈਂਸ ਇੰਜਨ 1820 ਦੇ ਅਰਾਊਂਡ ਆਇਆ, ਅਨਾਲਿਟੀਕਲ ਇੰਜਨ 1830। ਫਿਰ ਆਇਆ 1890 ਟੈਬੂਲੇਟਿੰਗ ਮਸ਼ੀਨ, ਸੋ ਇਹਦੀ ਇਨਵੈਂਸ਼ਨ ਕੀਤੀ ਸੀ ਹਰਮਨ ਹੋਲਰਿਥ ਨੇ। ਦੈਨ ਡਿਫਰੈਂਸ਼ੀਅਲ ਅਨਾਲਾਈਜ਼ਰ 1930, ਫਿਰ ਆਇਆ ਮਾਰਕ 1 1944। ਇਹਦੇ ਬਾਰੇ ਪੇਪਰ 'ਚ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਮਾਰਕ 1 ਕਿਹਦੀ ਕੋਲੈਬੋਰੇਸ਼ਨ ਦੇ ਨਾਲ, ਕਿਹੜੀਆਂ ਦੋ ਵੱਡੀਆਂ ਔਰਗਨਾਈਜੇਸ਼ਨ ਸੀ, ਕੰਪਨੀ ਸੀ ਜਿਹੜੀਆਂ ਆਪਸ ਜੁੜੀਆਂ, ਉਹਨਾਂ ਨੇ ਕੋਲੈਬੋਰੇਟ ਕੀਤਾ, ਅਗਰੀਮੈਂਟ ਕੀਤਾ ਅਤੇ ਫਿਰ ਉਹਨਾਂ ਨੇ ਇਸ ਕੰਪਿਊਟਰ ਨੂੰ ਤਿਆਰ ਕੀਤਾ। ਸੋ ਉਹ ਸੀ IBM ਅਤੇ ਹਾਰਵਰਡ, ਇਹ ਦੋ ਤੁਸੀਂ ਯਾਦ ਰੱਖਣੇ ਨੇ। ਅਤੇ ਪਹਿਲਾ ਡਿਜੀਟਲ ਕੰਪਿਊਟਰ ਹੈ, ਫਸਟ ਪ੍ਰੋਗਰਾਮੇਬਲ ਡਿਜੀਟਲ ਕੰਪਿਊਟਰ। ਇਸ ਤੋਂ ਪਹਿਲਾਂ ਜਿਹੜੇ ਕੰਪਿਊਟਰ ਸੀ ਉਹ ਮੇਨਲੀ ਕੈਲਕੂਲੇਸ਼ਨਸ ਵਗੈਰਾ ਨੂੰ ਫਾਸਟ ਕਰਨ ਦੇ ਲਈ ਹੀ, ਮੇਨਲੀ ਤੁਸੀਂ ਇਹ ਸਮਝ ਲਓ ਕਿ ਮੈਥਮੈਟੀਕਲ ਪਰਪਸ ਦੇ ਲਈ ਸੀ। ਜੇ ਆਪਾਂ ਕੋਡਿੰਗ ਦੀ ਦੁਨੀਆ 'ਚ ਆਇਆ ਉਹ ਮਾਰਕ 1 ਤੋਂ ਆਇਆ 1944 ਤੋਂ। ਸੋ 1944 ਤੋਂ ਬਾਅਦ ਜਦੋਂ ਆਪਾਂ ਕੰਪਿਊਟਰਸ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦੀ ਇੱਕ ਜਨਰੇਸ਼ਨ ਸੀ। ਜਨਰੇਸ਼ਨ ਦਾ ਮਤਲਬ ਹੈ ਕਿ ਇੱਕ ਲੰਬਾ ਸਮਾਂ ਇੱਕ ਹੀ ਤਰ੍ਹਾਂ ਦੇ ਕੰਪਿਊਟਰ ਰਹੇ ਨੇ। ਸੋ 1946 ਤੋਂ 1959 ਤੱਕ ਜਿਹੜੇ ਕੰਪਿਊਟਰ ਸੀ ਉਹਨੇ ਫਸਟ ਜਨਰੇਸ਼ਨ ਦੇ, ਇਹ ਤੁਸੀਂ ਯਾਦ ਰੱਖਣਾ, ਪੇਪਰਸ ਡਾਇਰੈਕਟਲੀ ਤੁਹਾਨੂੰ ਕੁਐਸਚਨ ਆਉਣਗੇ, ਉੱਥੇ ਆਪਸ਼ਨਸ ਹੋਣਗੀਆਂ ਐਨਕ, ਯੂਨੀਵੈਕ, IBM 701, ਇਹ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਨੇ। ਸੋ ਇਹ ਸੀ ਪਹਿਲੀ ਜਨਰੇਸ਼ਨ ਦੇ। ਹੁਣ ਇਹਨਾਂ ਦੇ ਫੀਚਰਸ ਕੀ ਸੀਗੇ? ਵੈਕਿਊਮ ਟਿਊਬ ਮੈਮਰੀ ਦੇ ਲਈ, CPU ਸਰਕਿਟਰੀ ਲਈ, ਪਹਿਲੀ ਵਾਰੀ ਪਹਿਲੀ ਜਨਰੇਸ਼ਨ ਦੇ ਕੰਪਿਊਟਰ 'ਚ ਆਈ। ਇਨਪੁੱਟ ਆਊਟਪੁੱਟ ਹੋਣ ਲੱਗ ਗਿਆ ਪੰਚ ਕਾਰਡ ਦੇ ਜ਼ਰੀਏ, ਮੈਗਨੇਟਿਕ ਟੇਪਸ ਐਡ ਕਰਤੀਆਂ। ਇਹ ਰੀਸੈਂਟਲੀ ਪੇਪਰ 'ਚ ਕੁਐਸਚਨ ਆਇਆ ਸੀ ਕਿ ਮੈਗਨੇਟਿਕ ਟੇਪਸ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਤੋਂ ਸਟਾਰਟ ਹੋਈਆਂ। ਸੋ ਉਹ ਸੀ ਪਹਿਲੀ ਜਨਰੇਸ਼ਨ। ਉਸ ਤੋਂ ਬਾਅਦ ਆਉਂਦੇ ਨੇ ਦੂਜੀ ਜਨਰੇਸ਼ਨ ਦੇ, ਜਿਹਦੇ 'ਚ ਆਉਂਦੇ ਨੇ IBM 1620, CDC 3600, ਯੂਨੀਵੈਕ 1108। ਸੋ 1959 ਤੋਂ 1965 ਤੱਕ ਟਰਾਂਜੀਸ਼ਨ ਹੋਈ ਟਰਾਂਜਿਸਟਰਸ ਲਈ, ਫਿਰ ਜ਼ਿਆਦਾ ਰਿਲਾਇਬਲ, ਥੋੜ੍ਹੇ ਛੋਟੇ ਸਾਈਜ਼ ਦੇ ਇਹਨਾਂ ਨੂੰ ਕਰਤਾ ਦੂਜੀ ਜਨਰੇਸ਼ਨ ਦੇ ਨੂੰ, ਅਸੈਂਬਲੀ ਲੈਂਗੁਏਜ ਐਡ ਕਰਤੀ। ਉਸ ਤੋਂ ਬਾਅਦ ਜਿਹੜੀ ਬੈਚ ਪ੍ਰੋਸੈਸਿੰਗ ਹੈ ਉਹ ਇਸੇ ਤਰੀਕੇ ਦੇ ਨਾਲ ਕੰਟੀਨਿਊ ਹੋਈ ਜਿਵੇਂ ਪਹਿਲੀ ਜਨਰੇਸ਼ਨ ਤੋਂ ਸ਼ੁਰੂ ਹੋਈ ਸੀ। ਫਿਰ ਆਏ ਨੇ ਤੀਜੀ ਜਨਰੇਸ਼ਨ ਦੇ ਕੰਪਿਊਟਰ, IBM 360 ਸੀਰੀਜ਼ ਦੇ, PDP, TDC 316। ਇੰਟੀਗ੍ਰੇਟਡ ਸਰਕਿਟ, ਵੈਰੀ ਵੈਰੀ ਇੰਪੋਰਟੈਂਟ, ਇਹ ਚੀਜ਼ਾਂ ਆਪਾਂ ਬਾਅਦ ਵਿੱਚੋਂ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਡੀਟੇਲ ਚੈਪਟਰ ਪੜ੍ਹਦੇ ਜਾਵਾਂਗੇ, ਸਾਰੇ ਆਪਾਂ ਹਾਰਡਵੇਅਰ ਸੋਫਟਵੇਅਰ ਕਰਾਂਗੇ, ਫਿਰ ਡੀਟੇਲ ਦੇ ਵਿੱਚ ਦੇਖਾਂਗੇ। ਇੱਥੇ ਤੁਸੀਂ ਇਹਨਾਂ ਦੇ ਫੀਚਰਸ ਯਾਦ ਰੱਖਣੇ ਨੇ। ਸੋ ਇੰਟੀਗ੍ਰੇਟਡ ਸਰਕਿਟ ਪਹਿਲੀ ਵਾਰੀ ਤੀਜੀ ਜਨਰੇਸ਼ਨ ਦੇ ਕੰਪਿਊਟਰ 'ਚ ਆਏ, ਵੈਰੀ ਵੈਰੀ ਇੰਪੋਰਟੈਂਟ ਫੋਰ ਐਗਜ਼ਾਮ। ਸੋ ਜਿਹੜੇ ਵੀ ਚੀਜ਼ਾਂ ਮੈਂ ਤੁਹਾਨੂੰ ਸਟਾਰ ਮਾਰਕ ਕਰਵਾਉਂਦੀਆਂ, ਇੰਪੋਰਟੈਂਟ ਕਹਿੰਦੀ ਹਾਂ, ਮੈਂ ਪਹਿਲਾਂ ਵੀ ਕੋਰਸਿਸ ਵਿੱਚ ਹਮੇਸ਼ਾ ਦੱਸਦੀ ਹਾਂ, ਉਹਨਾਂ ਨੂੰ ਅਲੱਗ ਤੋਂ ਤੁਸੀਂ ਯਾਦ ਰੱਖਣਾ, ਚਾਹੇ ਕਿਤੇ ਨੋਟਸ ਤਿਆਰ ਕਰ ਲਓ। ਪੇਪਰ ਤੁਹਾਨੂੰ ਇਸੇ ਟਾਈਪ ਦੇ ਹੀ ਜੋ ਮੈਂ ਸਟਾਰ ਮਾਰਕ ਇੰਪੋਰਟੈਂਟ ਕੁਐਸਚਨ ਦੱਸਦੀ ਹਾਂ ਉਹੀ MCQ ਦੀ ਫੋਰਮ 'ਚ ਦੇਖਣ ਨੂੰ ਮਿਲਦੇ ਨੇ। ਸੋ ਇਹਦੇ 'ਚ ਥੋੜ੍ਹੀ ਹਾਈ ਲੈਵਲ ਦੀਆਂ ਲੈਂਗੁਏਜ ਯੂਜ ਕਰ ਲਿਓ ਜਿਵੇਂ ਫੋਰਟਰੈਨ ਹੋ ਗਈ, ਕਬੋਲ ਹੋ ਗਈ। ਦੈਨ ਚੌਥੀ ਜਨਰੇਸ਼ਨ ਦੇ ਕੰਪਿਊਟਰ, PDP-1 ਹੋ ਗਿਆ, DEC-10 ਹੋ ਗਿਆ। ਸੋ ਇਹਦੇ ਵਿੱਚ ਪਰਸਨਲ ਕੰਪਿਊਟਰ ਘਰੇ ਆਪਣੇ ਕੋਲ, ਜਿਵੇਂ ਆਪਾਂ CPU ਮੋਨੀਟਰ ਵਾਲੇ ਜਿਹੜੇ ਆਪਣੇ ਕੰਪਿਊਟਰ ਆਏ ਸੀ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਚੌਥੀ ਜਨਰੇਸ਼ਨ ਤੋਂ। ਆਪਣੇ ਪਰਸਨਲ ਕੰਮਾਂ ਦੇ ਲਈ ਜਿਹੜੇ ਕੰਪਿਊਟਰ ਆਪਾਂ ਯੂਜ਼ ਕਰਨੇ ਸ਼ੁਰੂ ਕੀਤੇ ਸੀ। ਫਿਰ ਆਉਂਦੇ ਨੇ ਪੰਜਵੀਂ ਜਨਰੇਸ਼ਨ ਦੇ, ਜਿਹੜੇ ਹੁਣ ਅੱਜ ਕੱਲ੍ਹ ਦੇ ਸਮੇਂ ਦੇ ਨੇ, ਡੈਸਕਟੌਪ ਹੋ ਗਏ, ਲੈਪਟੌਪ ਹੋ ਗਏ, ਇਹ ਸਾਰੇ ਹੋ ਗਏ ਪੰਜਵੀਂ ਜਨਰੇਸ਼ਨ ਦੇ। ਜ਼ਿਆਦਾ ਐਡਵਾਂਸ ਨੇ, ਅਲਟਰਾ ਲਾਰਜ ਸਕੇਲ ਮਾਈਕਰੋ ਪ੍ਰੋਸੈਸਰ ਹੈ। ਦੈਨ AI ਆਰਟੀਫਿਸ਼ਲ ਇੰਟੈਲੀਜੈਂਸ ਉੱਤੇ ਫੋਕਸ ਹੈ, ਪੈਰਲਲ ਪ੍ਰੋਸੈਸਿੰਗ ਹੁੰਦੀ ਹੈ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਹੁੰਦੀ ਹੈ, ਜ਼ਿਆਦਾ ਪਾਵਰਫੁਲ
ਕੰਪਿਊਟਰ ਨੇ ਪਰ ਕੰਪੈਕਟ ਨੇ, ਇਹ ਨਹੀਂ ਕਿ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਨੇ, ਕਿਉਂਕਿ ਇਹ ਵੀ ਪਰਸਨਲ ਕੰਪਿਊਟਰ ਨੇ, ਸੋ ਇਹ ਬਹੁਤ ਹੀ ਜ਼ਿਆਦਾ ਹੈਂਡੀ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਸਾਰਾ ਸਟਰਕਚਰ ਹੈ ਉਹ ਤਿਆਰ ਕੀਤਾ ਹੋਇਆ। ਸੋ ਹੁਣ ਆਪਾਂ ਨੇ ਦੇਖ ਲਿਆ ਕੁਛ ਹੋਰ ਐਡੀਸ਼ਨਲ ਇਨਸਾਈਟਸ ਨੇ। ਪਹਿਲੀ ਜਨਰੇਸ਼ਨ ਦੇ ਜਿਹੜੇ ਕੰਪਿਊਟਰ ਨੇ ਵੈਕਿਊਮ ਟਿਊਬਸ ਯੂਜ਼ ਕੀਤੀਆਂ ਸੀਗੀਆਂ। ਇਹ ਜਿਹੜੇ ਕੰਪਿਊਟਰ ਸੀਗੇ ਪਹਿਲੀ ਜਨਰੇਸ਼ਨ ਦੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਇਹ ਥੋੜ੍ਹੇ ਜਿਹੇ ਜ਼ਿਆਦਾ ਬਲਕੀ ਸੀ, ਸਾਈਜ਼ ਇਹਨਾਂ ਦਾ ਵੱਡਾ ਸੀ ਅਤੇ ਮਹਿੰਗੇ ਬਹੁਤ ਸੀ, ਅਤੇ ਇਹਨਾਂ ਦੇ ਵਿੱਚ ਫੇਲੀਅਰ ਬਹੁਤ ਜ਼ਿਆਦਾ ਹੋਣ ਲੱਗ ਗਿਆ ਸੀ। ਸੋ ਜਦੋਂ ਵੀ ਇਨਪੁੱਟ ਆਊਟਪੁੱਟ ਦਾ ਕੋਈ ਰਿਜ਼ਲਟ ਆਪਾਂ ਨੇ ਲੈਣਾ ਹੁੰਦਾ ਸੀ, ਕੋਈ ਚੀਜ਼ ਆਪਾਂ ਇਨਪੁੱਟ ਕਰਦੇ ਸੀ ਅਤੇ ਆਪਾਂ ਉਹਦੇ ਰਿਜ਼ਲਟ ਦੀ ਵੇਟ ਕਰਦੇ ਸੀ, ਤਾਂ ਕਾਫੀ ਵਾਰੀ ਪ੍ਰੋਸੈਸ ਸਲੋ ਹੋ ਜਾਂਦਾ ਸੀ, ਸੋ ਜਿਹਦੇ ਕਰਕੇ ਦਿੱਕਤਾਂ ਦਾ ਸਾਹਮਣਾ ਆਉਂਦਾ ਸੀ। ਇਸੇ ਲਈ ਫਿਰ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ ਜਿਹੜੀਆਂ ਫੇਲੀਅਰ ਸੀ ਉਹਨਾਂ ਨੂੰ ਠੀਕ ਕਰਕੇ ਦੂਜੀ ਜਨਰੇਸ਼ਨ ਦੇ ਕੰਪਿਊਟਰ ਲਿਆਂਦੇ। ਸੋ ਉਸ ਤੋਂ ਬਾਅਦ ਜਿਹੜੇ ਦੂਜੀ ਜਨਰੇਸ਼ਨ ਦੇ ਕੰਪਿਊਟਰ ਨੇ, ਉਹ ਪਿੱਛੇ ਵੀ ਮੈਂ ਤੁਹਾਨੂੰ ਪੜ੍ਹਾਇਆ, ਟ੍ਰਾਂਜਿਸਟਰਸ ਆ ਗਏ, ਰਿਲਾਇਬਲ ਸਪੀਡ ਉਹਨਾਂ ਦੀ ਤੇਜ਼ ਕਰਤੀ, ਪਰ ਫਿਰ ਵੀ ਹਜੇ ਵੀ ਜਿਹੜੇ ਦੂਜੀ ਜਨਰੇਸ਼ਨ ਦੇ ਕੰਪਿਊਟਰ ਸੀ ਇਹ ਵੀ ਬਹੁਤ ਜ਼ਿਆਦਾ ਮਹਿੰਗੇ ਪੈਂਦੇ ਸੀ। ਜਿਹੜੇ ਇਹਨਾਂ ਦੇ ਅੰਦਰ ਕੂਲਿੰਗ ਫੈਨ ਹੁੰਦੇ ਆ, ਏਅਰ ਕੰਡੀਸ਼ਨਿੰਗ ਹੁੰਦੀ ਆ, ਉਹ ਸਾਰੀਆਂ ਨੇ ਇਹਨਾਂ ਦੀ ਕੋਸਟ ਬਹੁਤ ਜ਼ਿਆਦਾ ਵਧਾਈ ਹੋਈ ਸੀ। ਫਿਰ ਇਹਨੂੰ ਠੀਕ ਕਰਨ ਦੇ ਲਈ ਤੀਜੀ ਜਨਰੇਸ਼ਨ ਦਾ ਕੰਪਿਊਟਰ ਆਇਆ। ਉਹਦੇ ਵਿੱਚ ਮੇਨਲੀ ਇਹਨਾਂ ਨੇ ਕੀ ਕੀਤਾ ਕਿ ਥੋੜ੍ਹੀ ਜਿਹੀ ਤਾਂ ਕੋਸਟ ਘਟਾਈ ਅਤੇ ਨਾਲ ਕੁਛ ਇਸ ਟਾਈਪ ਦੀ ਟੈਕਨੋਲੋਜੀ ਦੀ ਯੂਜ਼ ਕੀਤਾ ਜਿਹਦੇ ਨਾਲ ਪ੍ਰੋਸੈਸਿੰਗ ਫਾਸਟ ਹੋ ਸਕੇ। ਫਿਰ ਆਏ ਚੌਥੀ ਜਨਰੇਸ਼ਨ ਦੇ ਕੰਪਿਊਟਰ, ਜਿਹਦੇ ਵਿੱਚ ਮਾਈਕਰੋ ਕੰਪਿਊਟਰ, ਛੋਟੇ ਸਾਈਜ਼ ਦੇ ਪਰਸਨਲ ਕੰਪਿਊਟਰ ਲਿਆਂਦੇ ਗਏ। ਸੋ ਇਹ ਇੰਪੋਰਟੈਂਟ ਕੁਐਸਚਨ ਹੈ ਕਿ ਕਿਹੜੀ ਜਨਰੇਸ਼ਨ ਦੇ ਵਿੱਚ ਰੈਵੋਲਿਊਸ਼ਨਲਾਈਜ਼ ਆਇਆ ਪਰਸਨਲ ਕੰਪਿਊਟਰ ਦਾ। ਸੋ ਉਹ ਹੋਇਆ ਸੀ ਚੌਥੀ ਜਨਰੇਸ਼ਨ ਤੋਂ ਸ਼ੁਰੂਆਤ। ਫਿਰ ਆਉਂਦੇ ਨੇ ਪੰਜਵੀਂ ਜਨਰੇਸ਼ਨ ਦੇ ਅੱਜ ਦੇ ਜ਼ਮਾਨੇ ਦੇ, ਜਿਹਦੇ ਆਪਾਂ ਅੱਗੇ ਹੋਰ ਡਿਟੇਲ ਪੜਾਂਗੇ, ਸੁਪਰ ਕੰਪਿਊਟਰ ਹੋ ਗਏ, ਜਿਹੜੇ ਆਪਣੇ ਸਮਾਰਟ ਵਾਚਿਸ ਹੋ ਗਈਆਂ, ਮਿੰਨੀ ਕੰਪਿਊਟਰ ਕਹਿੰਦੇ ਆ, ਇਹ ਸਾਰੇ ਆ ਗਏ ਪੰਜਵੀਂ ਜਨਰੇਸ਼ਨ 'ਚ। ਸੋ ਫਰਦਰ ਜਿਹੜੇ ਵੀ ਇਹ ਕੋਨਸੈਪਟ ਨੇ ਇਹ ਸਾਰੇ ਮੈਂ ਪੇਡ ਕੋਰਸ ਦੇ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਕੀਤੇ ਹੋਏ ਨੇ ਡਿਟੇਲ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਇੱਕ ਟ੍ਰੈਂਡ ਬਣਿਆ ਹੋਇਆ ਪੇਪਰ ਦੇ ਵਿੱਚ ਇੱਕ ਦੋ ਕੁਐਸਚਨ, ਮਿੰਨੀ ਕੰਪਿਊਟਰ, ਸਮਾਰਟ ਵਾਚਿਸ, ਦੈਨ ਸੁਪਰ ਕੰਪਿਊਟਰਸ, ਉਹਨਾਂ ਦੇ ਨਾਮ, ਇਹ ਸਾਰੀ ਚੀਜ਼ਾਂ ਡੈਫੀਨੇਟਲੀ ਪੁੱਛੇ ਜਾਂਦੇ ਨੇ। ਸੋ ਇਹ ਸਾਰਾ ਕੁਝ ਆਪਾਂ ਕੋਰਸ ਦੇ ਵਿੱਚ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੇਖਾਂਗੇ। ਸੋ ਨਾਓ ਵੀ ਆਰ ਡਨ ਵਿਦ ਬੇਸਿਕਸ ਆਫ ਕੰਪਿਊਟਰ। ਸੋ ਆਪਾਂ ਨੂੰ ਇਹ ਪਤਾ ਲੱਗ ਗਿਆ ਕੰਪਿਊਟਰ ਹੈ ਕੀ ਕੰਮ ਕਰਦਾ, ਕਿਉਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜ਼ਰੂਰੀ ਹੈ। ਸੋ ਅਬੈਕਸ ਤੋਂ ਸ਼ੁਰੂ ਹੋ ਕੇ ਆਪਾਂ ਨੇ ਸੁਪਰ ਕੰਪਿਊਟਰ ਤੱਕ ਸਾਰੀ ਜਰਨੀ ਦੇਖ ਲਈ, ਹੁਣ ਵਾਰੀ ਆਉਂਦੀ ਹੈ ਕੰਪਿਊਟਰ ਕਰਦਾ ਕੀ ਹੈ। ਸੋ ਤੁਸੀਂ ਇਹਦੇ ਲਈ ਪੰਜ ਮੇਨ ਚੀਜ਼ਾਂ ਯਾਦ ਰੱਖਣੀਆਂ ਨੇ। ਪਹਿਲੀ ਹੈ ਇਨਪੁੱਟ, ਦੈਨ ਸਟੋਰੇਜ, ਪ੍ਰੋਸੈਸਿੰਗ, ਚੌਥੀ ਹੈ ਆਊਟਪੁੱਟ, ਪੰਜਵੀਂ ਹੈ ਕੰਟਰੋਲ। ਹੁਣ ਤੁਸੀਂ ਕੋਈ ਵੀ ਚੀਜ਼, ਕੋਈ ਵੀ ਡੇਟਾ, ਚਾਹੇ ਕਿਸੇ ਹਾਰਡਵੇਅਰ ਦੇ ਜ਼ਰੀਏ ਜਾਂ ਤੁਸੀਂ ਆਪ ਕੋਈ ਕਮਾਂਡ ਦੇ ਕੇ ਕੰਪਿਊਟਰ ਵਿੱਚ ਪਾਤਾ, ਉੱਥੇ ਸਟੋਰ ਹੋ ਗਿਆ, ਫਿਰ ਉਹਨੂੰ ਕੰਟਰੋਲ ਯੂਨਿਟ ਜਾਂ ਜੇ ਕੋਈ ਇੰਪੋਰਟੈਂਟ ਕੋਈ ਕੈਲਕੂਲੇਸ਼ਨ ਵਗੈਰਾ ਤਾਂ ਉਹਨੂੰ ਅਰਿਥਮੈਟੀਕਲ ਲੋਜੀਕਲ ਯੂਨਿਟ ਪ੍ਰੋਸੈਸ ਕਰਨਾ ਸ਼ੁਰੂ ਕਰਦਾ। ਸੋ ਡੇਟਾ ਪਾਇਆ, ਸਟੋਰ ਹੋਇਆ, ਪ੍ਰੋਸੈਸਿੰਗ ਹੋਣੀ ਸ਼ੁਰੂ ਹੋ ਗਈ, ਫਿਰ ਜਿਹੜੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹ ਤੁਹਾਨੂੰ ਮਿਲੂਗੀ ਆਊਟਪੁੱਟ ਦੇ ਜ਼ਰੀਏ, ਇਨਫੋਰਮੇਸ਼ਨ। ਮੰਨ ਲਓ ਤੁਸੀਂ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਉਹ ਕਿਵੇਂ ਆਊਗੀ, ਆਊਟਪੁੱਟ ਤੋਂ ਕੀ ਮਤਲਬ ਹੈ, ਕਿੱਥੇ ਆ ਰਿਹਾ ਆਊਟਪੁੱਟ, ਆਊਟਪੁੱਟ ਤੁਹਾਡੇ ਕੰਪਿਊਟਰ ਦੀ ਸਕਰੀਨ ਉੱਤੇ ਆ ਰਿਹਾ, ਜਿਹੜੀ ਇਨਫੋਰਮੇਸ਼ਨ ਆ ਰਹੀ ਹੈ। ਅਤੇ ਲਾਸਟ ਹੈ ਕੰਟਰੋਲ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਕਿ ਤੁਹਾਨੂੰ ਕਿਹੜੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਜੇ ਕੋਈ ਕੈਲਕੂਲੇਸ਼ਨ ਮੰਗ ਰਹੇ ਹੋ ਤਾਂ ਤੁਹਾਨੂੰ ਕੈਲਕੂਲੇਸ਼ਨ ਹੀ ਮਿਲੇ, ਤੁਸੀਂ ਕੋਈ ਪਰਟੀਕੁਲਰ ਫਾਈਲ ਖੋਲਣੀ ਹੈ ਤੁਹਾਨੂੰ ਉਹ ਫਾਈਲ ਹੀ ਮਿਲੇ, ਇਹ ਸਾਰਾ ਕੁਝ ਪਿੱਛੇ ਕਰਦਾ ਰਹਿੰਦਾ ਹੈ ਕੰਪਿਊਟਰ ਦਾ ਕੰਟਰੋਲ ਯੂਨਿਟ। ਸੋ ਇਹ ਪੰਜ ਚੀਜ਼ਾਂ ਨੇ ਜਿਹੜੀਆਂ ਮਿਲ ਕੇ ਸਾਰਾ ਆਪਾਂ ਨੂੰ ਕੰਮ ਕਰਕੇ ਦਿੰਦੀਆਂ ਨੇ। ਸੋ ਇਹ ਬੇਸਿਕ ਲੋਜੀਕਲ ਸਟਰਕਚਰ ਹੈ ਜਿਹੜਾ ਪਰਫੋਰਮ ਕਰਦਾ ਹੈ ਕੰਪਿਊਟਰ ਦੇ ਬੇਸਿਕ ਓਪਰੇਸ਼ਨਸ। ਸੋ ਡੇਟਾ ਨੂੰ
ਯੂਜ਼ਰਸ ਦੇ ਸਾਹਮਣੇ ਕਿਵੇਂ ਲੈ ਕੇ ਆਉਣਾ। ਮੰਨ ਲਓ ਮੈਂ ਕੀਬੋਰਡ ਦੇ ਜ਼ਰੀਏ ਕੋਈ ਕਮਾਂਡ ਦਿੱਤੀ ਕਿ ਮੈਨੂੰ ਇਹ ਲੱਭ ਕੇ ਦਿਓ, ਕੰਪਿਊਟਰ ਨੂੰ ਮੈਂ ਕਹਿਤਾ, ਠੀਕ ਹੈ ਕੁਛ ਵੀ ਮੈਂ ਸਰਚ ਕਰਤਾ, ਤਾਂ ਉੱਥੇ ਜਿਵੇਂ ਮੈਂ ਕਹਿਤਾ ਕਿ ਵਟ ਇਜ਼ ਅ ਸੋਲਰ ਐਕਲਿਪਸ, ਇਸ ਟਾਈਪ ਦਾ ਸਿੰਪਲ ਕੁਐਸਚਨ ਪੁੱਟ ਕਰਤਾ। ਹੁਣ ਉੱਥੇ ਜਿਹੜਾ ਕੰਪਿਊਟਰ ਹੈ ਉਹ ਉਸ ਇਨਫੋਰਮੇਸ਼ਨ ਨੂੰ ਉਹਨੇ ਸੇਵ ਕਰ ਲਿਆ, ਸਟੋਰ ਕਰ ਲਿਆ, ਫਿਰ ਉਹ ਆਪਣੇ ਸਾਰੇ ਜਿੰਨੇ ਵੀ ਵੈਬ ਬਰਾਊਜ਼ਰਸ ਨੇ ਸਾਰਿਆਂ ਨੂੰ ਪੁੱਛੂਗਾ, ਪ੍ਰੋਸੈਸ ਕਰੂਗਾ ਡੇਟਾ, ਉਹ ਡੇਟਾ ਪ੍ਰੋਸੈਸ ਕਰਕੇ ਜਿਹੜਾ ਆਨਸਰ ਮੇਰੇ ਸਾਹਮਣੇ ਲੈ ਕੇ ਆਊਗਾ। ਬਹੁਤ ਸਾਰੀਆਂ ਮੇਰੇ ਸਾਹਮਣੇ ਗੂਗਲ ਦੇ ਉੱਤੇ ਜੇ ਮੈਂ ਸਰਚ ਕਰ ਰਹੀ ਹਾਂ ਤਾਂ ਆਪਸ਼ਨਸ ਆ ਜਾਣਗੀਆਂ, ਅਲੱਗ ਅਲੱਗ ਮੇਰੇ ਕੋਲ ਵੈਬਸਾਈਟਸ ਆ ਜਾਣਗੀਆਂ ਜਿਹੜਾ ਇਹਦਾ ਆਨਸਰ ਦੇਣਗੀਆਂ। ਸੋ ਉਹ ਮੇਰੇ ਸਾਹਮਣੇ ਜਿਹੜੀ ਜਾਣਕਾਰੀ ਪਈ ਹੈ, ਇਨਫੋਰਮੇਸ਼ਨ ਹੈ, ਉਹ ਹੈ ਆਉਟਪੁੱਟ। ਅਤੇ ਇਹਨਾਂ ਸਾਰਿਆਂ ਨੂੰ ਹੁਣ ਮੈਂ ਜੋ ਕੁਐਸਚਨ ਪੁੱਛਿਆ ਮੈਨੂੰ ਉਹਦਾ ਹੀ ਆਨਸਰ ਮਿਲੇ, ਇਹ ਕੌਣ ਕਰਦਾ? ਇਹ ਇਹਨਾਂ ਚਾਰਾਂ ਫੰਕਸ਼ਨਸ ਦੇ ਪਿੱਛੇ ਇੱਕ ਕੰਟਰੋਲ ਸਿਸਟਮ ਚੱਲਦਾ ਜਿਹੜਾ ਡਾਇਰੈਕਟ ਕਰਦਾ ਮੈਨਰ ਅਤੇ ਸੀਕੁਐਂਸ ਜਿਹਦੇ ਵਿੱਚ ਇਹ ਸਾਰੇ ਬੇਸਿਕ ਫੰਕਸ਼ਨ ਪਰਫੋਰਮ ਕੀਤੇ ਜਾਂਦੇ ਨੇ। ਸੋ ਇੱਕ ਵਾਰੀ ਹੁਣ ਆਪਾਂ ਪੜ੍ਹ ਲੈਂਦੇ ਹਾਂ। ਫਸਟ ਟੇਕ ਇਨਪੁੱਟ, ਦ ਪ੍ਰੋਸੈਸ ਆਫ ਐਂਟਰਿੰਗ ਡੇਟਾ ਐਂਡ ਇੰਸਟਰਕਸ਼ਨਸ ਇਨ ਟੂ ਦ ਕੰਪਿਊਟਰ ਸਿਸਟਮ। ਦੂਜਾ ਸਟੋਰ ਡੇਟਾ, ਸੇਵਿੰਗ ਡੇਟਾ ਇੰਸਟਰਕਸ਼ਨ ਸੋ ਦੈਟ ਦੇ ਆਰ ਅਵੇਲੇਬਲ ਫੋਰ ਪ੍ਰੋਸੈਸਿੰਗ ਐਜ਼ ਐਂਡ ਵੈਨ ਰਿਕੁਆਇਰਡ। ਹੁਣ ਇਹ ਨਹੀਂ ਕਿ ਮੈਂ ਵਾਟ ਇਜ਼ ਸੋਲਰ ਇਕਲਿਪਸ ਪਾਇਆ ਅਤੇ ਉਹ ਕਿਤੇ ਉੱਡ ਗਿਆ, ਉੱਥੇ ਰਹੂਗਾ, ਉਹਦੀ ਜਾਣਕਾਰੀ ਰਹੂਗੀ। ਈਵਨ ਤੁਹਾਡੇ ਵੈਬ ਬਰਾਊਜ਼ਰ ਦੀ ਹਿਸਟਰੀ ਵਿੱਚ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਜਦੋਂ ਤੱਕ ਕਿ ਤੁਸੀਂ ਉਹਨੂੰ ਡਿਲੀਟ ਨਹੀਂ ਕਰਦੇ। ਪ੍ਰੋਸੈਸਿੰਗ ਡੇਟਾ, ਹੁਣ ਜੇ ਤੁਹਾਡਾ ਕੰਪਿਊਟਰ ਹੈ ਇੰਟਰਨੈਟ ਨਾਲ ਕਨੈਕਟਿਡ ਹੈ, ਸਾਰਾ ਕੁਝ ਸਹੀ ਹੈ, ਤਾਂ ਫਿਰ ਕੰਪਿਊਟਰ ਉਹਨੂੰ ਪ੍ਰੋਸੈਸ ਕਰੂਗਾ। ਤੁਹਾਡੇ ਸਾਹਮਣੇ ਆਪਣੇ ਜਿੰਨੇ ਵੀ ਕੋਡਿੰਗ ਹੈ ਪਿੱਛੇ ਜਿਹੜੀ ਚੱਲਦੀ ਹੈ ਸਾਰੀ, ਉਹਨੂੰ ਤੁਹਾਡੇ ਸਾਹਮਣੇ ਲੈ ਕੇ ਆਊਗਾ, ਤੁਹਾਨੂੰ ਜੋ ਯੂਜ਼ਫੁਲ ਇਨਫੋਰਮੇਸ਼ਨ ਚਾਹੀਦੀ ਹੈ ਉਹਦੇ 'ਚ ਕਨਵਰਟ ਕਰਕੇ ਦਊਗਾ ਤੁਹਾਡੀ ਕਮਾਂਡ ਨੂੰ। ਹੁਣ ਜਿਹੜੀ ਯੂਜ਼ਫੁਲ ਇਨਫੋਰਮੇਸ਼ਨ ਹੈ, ਰਿਜ਼ਲਟ ਹੈ, ਉਹ ਵਿਜੂਅਲ ਡਿਸਪਲੇ, ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਤੁਹਾਡੀ ਕੰਪਿਊਟਰ ਦੀ ਸਕਰੀਨ ਉੱਤੇ ਜਿਹੜਾ ਆਨਸਰ ਆ ਰਿਹਾ ਵਟ ਇਜ਼ ਅ ਸੋਲਰ ਇਕਲਿਪਸ ਦਾ, ਉਹ ਵਿਜੂਅਲ ਡਿਸਪਲੇ, ਜਾਂ ਜੇ ਤੁਸੀਂ ਉਹਦਾ ਪ੍ਰਿੰਟ ਆਊਟ ਕੱਢਣਾ ਚਾਹੁੰਦੇ ਹੋ, ਤੁਸੀਂ ਆਪਣੇ ਕੰਪਿਊਟਰ ਨਾਲ ਇੱਕ ਪ੍ਰਿੰਟਰ ਅਟੈਚ ਕਰੋ ਅਤੇ ਤੁਹਾਨੂੰ ਪੇਪਰ ਪ੍ਰਿੰਟਡ ਫਾਰਮ ਦੇ ਵਿੱਚ ਉਹ ਸਾਰੀ ਜਾਣਕਾਰੀ ਮਿਲ ਜਾਊਗੀ। ਦੈਨ ਕੰਟਰੋਲ ਦ ਫਲੋ, ਡਾਇਰੈਕਟ ਦ ਮੈਨਰ ਐਂਡ ਸੀਕੁਐਂਸ ਇਨ ਵਿੱਚ ਆਲ ਦ ਓਪਰੇਸ਼ਨਸ ਆਰ ਪਰਫੋਰਮਡ। ਸੋ ਹੁਣ ਜਿਹੜਾ ਵੀ ਅੱਗੇ ਦਾ ਪਾਰਟ, ਇੱਕ ਵਾਰੀ ਮੈਂ ਤੁਹਾਨੂੰ ਸਿਰਫ ਓਵਰਲੁੱਕ ਦੇ ਰਹੀ ਹਾਂ ਕਿ ਆਪਾਂ ਕਿਹੜੇ ਕਿਹੜੇ ਟੋਪਿਕਸ ਕਿਵੇਂ ਕਿਵੇਂ ਸਿਲੇਬਸ ਦੇ ਕੋਰਸ ਦੇ ਅੰਦਰ ਕਵਰ ਕਰ ਰਹੇ ਹਾਂ। ਸੋ ਆਈ ਐਮ ਨੋਟ ਗੋਇੰਗ ਟੂ ਪ੍ਰੋਵਾਈਡ ਐਨੀ ਡੀਟੇਲਡ ਐਕਸਪਲੇਨੇਸ਼ਨ, ਬਿਕੋਜ਼ ਸਾਰੀ ਡੀਟੇਲਡ ਐਕਸਪਲੇਨੇਸ਼ਨ ਆਲਰੇਡੀ ਪੇਡ ਕੋਰਸ ਦਾ ਜਿਹੜਾ ਫਸਟ ਲੈਕਚਰ ਉਹਦੇ ਵਿੱਚ ਕਵਰਡ ਹੈ। ਸੋ ਇੱਕ ਵਾਰੀ ਤੁਸੀਂ ਸਾਰਾ ਲੈਕਚਰ ਦੇਖ ਲਓ, ਇਹਦੇ ਥਰੂ ਗੋ ਥਰੂ ਹੋ ਜਾਓ। ਸੋ ਨਾਓ ਲੈਟ ਸਟਾਰਟ। ਸੋ ਇਹ ਆ ਗਿਆ ਅਲੱਗ ਅਲੱਗ ਟਾਈਪਸ, ਸਿਸਟਮ ਸੋਫਟਵੇਅਰ, ਐਪਲੀਕੇਸ਼ਨ ਸੋਫਟਵੇਅਰ। So then here is the difference between hardware and software. ਉਸ ਤੋਂ ਬਾਅਦ computer memory, ਜਿਹੜੀ primary, secondary ਦੋ ਤਰੀਕੇ ਦੀ ਹੁੰਦੀ ਹੈ। primary ਕਿਵੇਂ ਦੀ ਹੁੰਦੀ ਹੈ? ਸੋ RAM, ROM, ਇਹਨਾਂ ਦੀ ਜਿਹੜੀਆਂ abbreviations ਨੇ, full forms ਨੇ, ਇਹਦੇ ਉੱਤੇ papers definitely question ਆਉਂਦੇ ਨੇ। ਸੋ ਇਹ ਸਾਰਾ ਕੁਛ ਆਪਾਂ ਕਵਰ ਕਰ ਰਹੇ ਹਾਂ। ਦੈਨ ਕੁਛ ਡਿਫਰੈਂਟ ਟਾਈਪ ਦੀਆਂ ਮੈਮਰੀਜ ਆਪਾਂ ਨੂੰ ਸਬ ਇੰਸਪੈਕਟਰ ਵਗੈਰਾ ਦੇ ਪੇਪਰਸ ਦੇਖਣ ਨੂੰ ਮਿਲੀਆਂ ਸੀ, ਉਹ ਆਪਾਂ ਹਰ ਇੱਕ ਇੰਪੋਰਟੈਂਟ ਟੋਪਿਕ ਕਵਰ ਕਰਨਾ ਹੈ। ਰਜਿਸਟਰ ਮੈਮਰੀ, ਕੈਸ਼ ਮੈਮਰੀ, ਵਰਚੁਅਲ ਪ੍ਰੋਟੈਕਟਿਡ, ਦੈਨ ਵਾਰਮ। Directly ਇਹਦੇ ਉੱਤੇ ਕੁਐਸਚਨ ਆਇਆ ਸੀ ਸਬ ਇੰਸਪੈਕਟਰ ਵਿੱਚ। ਸੋ ਵਾਰਮ ਕੀ ਹੈ? Secondary storage in a computer system comes in three main types: solid state storage devices, optical storage devices, and magnetic storage devices. Solid state storage, like USB memory sticks, is faster than traditional hard disk drives because data is stored electrically in silicon chips called cells. These cells hold binary data by maintaining an electrical current in a transistor with an on-off mode. Optical storage devices, such as CDs, DVDs, and Blu-ray discs, use lasers to scan the surface of a spinning disc made from metal and plastic. The disc is divided into tracks, with each track containing flat areas called lands and hollows called pits.
Magnetic storage devices, like hard disk drives, use magnetic fields to magnetize tiny individual sections of a metal spinning disk. Each section represents one bit, with a magnetized section representing a binary 1 and a demagnetized section representing a binary 0. Each type of secondary storage has its own unique way of storing and accessing data within a computer system. So, us to baad, tin tarike diyan secondary memories kediyan ne? Hard drive, optical disk, then sub-inspector de vich tusi ik question dekhe honge, Winchester disk bare, eh ki hai, then zip disk bare question aaya si. ਉਸ ਤੋਂ ਬਾਅਦ ਪ੍ਰਾਇਮਰੀ ਸੈਕੰਡਰੀ ਦਾ ਡਿਫਰੈਂਸ ਕੀ ਆ ਅਗੇਨ ਇੱਕ ਵਾਰੀ ਆਪਾਂ ਰਿਵਾਈਜ਼ ਕਰਾਂਗੇ ਓਵਰਵਿਊ ਦੇਵਾਂਗੇ ਫਿਰ ਲਾਸਟ ਵਿੱਚ ਜਿਹਦੇ 'ਚੋਂ ਡੈਫੀਨੇਟਲੀ ਇੱਕ ਅੱਧਾ ਕੁਐਸਚਨ ਪੇਪਰ ਦੇਖਣ ਨੂੰ ਮਿਲਦਾ ਹੀ ਮਿਲਦਾ ਸਪੈਸ਼ਲੀ PSSSB ਦਾ ਫੇਵਰੇਟ ਕੁਐਸਚਨ ਹੈ ਡਿਸੈਂਡਿੰਗ ਆਰਡਰ ਅਸੈਂਡਿੰਗ ਆਰਡਰ ਦੇ ਵਿੱਚ ਮੈਮਰੀ ਯੂਨਿਟ ਨੂੰ ਲਗਾਓ ਸੋ ਕਿਲੋਬਾਈਟ ਵੱਡਾ ਮੈਗਾਬਾਈਟ ਵੱਡਾ ਜਾਂ GB ਵੱਡਾ ਅਤੇ ਇਹ ਕਿੰਨੇ ਕਿੰਨੇ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਨੀਆਂ ਨੇ ਸੋ ਦੈਟਸ ਆਲ ਫੋਰ ਟੂਡੇਜ਼ ਡੈਮੋ ਲੈਕਚਰ ਜੇ ਤੁਹਾਨੂੰ ਕੋਰਸ ਨਾਲ ਰਿਲੇਟਡ ਕੋਈ ਵੀ ਕੁਇਰੀ ਹੈ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਔਨ legalvictor0896@gmail.com ਸੋ ਦੈਟਸ ਆਲ ਫੋਰ ਟੂਡੇ ਥੈਂਕ ਯੂ ਐਂਡ ਗੁੱਡ ਲੱਕ